ਹਾਸਿਆਂ ਦਾ ਉਹ ਬਾਦਸ਼ਾਹ ਜਿਸ ਤੋਂ ਬਗੈਰ ਹਰ ਫਿਲਮ ਅਧੂਰੀ ਮੰਨੀ ਜਾਂਦੀ ਸੀ। ਸਾਡੇ ਚੈਨਲ ਪੋਲੀ ਤੜਕਾ ਨੂੰ ਲਾਈਕ ਤੇ ਕਮੈਂਟ ਕਰੋ ਤੇ ਨਾਲ ਹੀ ਨਾਲ ਸਬਸਕ੍ਰਾਈਬ ਕਰਨਾ ਨਾ ਭੁੱਲੋ। ਸਤਿ ਸ਼੍ਰੀ ਅਕਾਲ, ਨਮਸਤੇ, ਤੁਸੀਂ ਵੇਖ ਰਹੇ ਹੋ ਪੋਲੀ ਤੜਕਾ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਫਿਲਮਾਂ ਦੀ ਹਿੱਟ ਮਸ਼ੀਨ ਕਹੇ ਜਾਣ ਵਾਲੇ ਮੇਹਰ ਮਿੱਤਲ ਦੀ। ਮੇਹਰ ਮਿੱਤਲ ਦਾ ਜਨਮ 21 ਅਕਤੂਬਰ 1935 ਨੂੰ ਪਿੰਡ ਚੁੰਗਾ ਖੁਰ ਬਠਿੰਡਾ ਵਿੱਚ ਹੋਇਆ। ਉਹਨਾਂ ਦੇ ਪਿੰਡ ਵਿੱਚ ਕੋਈ ਸਕੂਲ ਨਹੀਂ ਸੀ, ਇਸ ਕਰਕੇ ਉਹਨਾਂ ਦਾ ਪੂਰਾ ਪਰਿਵਾਰ ਗਿੱਦੜ ਬਾਹਰ ਰਹਿਣ ਲੱਗ ਪਿਆ। ਮੇਹਰ ਮਿੱਤਲ ਦੀ ਪਤਨੀ ਦਾ ਨਾਂ ਸੁਦੇਸ਼ ਕੌਰ ਮਿੱਤਲ ਸੀ ਤੇ ਉਹਨਾਂ ਦੇ ਘਰ ਵਿੱਚ 4 ਬੇਟੀਆਂ ਨੇ ਜਨਮ ਲਿਆ। ਮੇਹਰ ਮਿੱਤਲ ਜੀ ਨੇ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਚੰਡੀਗੜ੍ਹ ਆ ਗਏ ਤੇ ਉੱਥੋਂ ਹੀ ਉਹਨਾਂ ਨੇ ਲਾਅ ਦੀ ਪੜ੍ਹਾਈ ਸ਼ੁਰੂ ਕੀਤੀ ਤੇ ਵਕੀਲ ਦੇ ਪੇਸ਼ੇ ਦੇ ਤੌਰ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਵਕੀਲ ਦੇ ਪੇਸ਼ੇ ਦੇ ਨਾਲ ਨਾਲ ਮੇਹਰ ਮਿੱਤਲ ਡਰਾਮਾ ਵੀ ਕਰਦੇ ਰਹਿੰਦੇ ਸਨ। 1969 ਵਿੱਚ ਉਹਨਾਂ ਨੇ ਪਹਿਲੀ ਪੰਜਾਬੀ ਫਿਲਮ ਮਾਂ ਦਾ ਲਾਡਲਾ ਵਿੱਚ ਕੰਮ ਕੀਤਾ ਤੇ ਉਸ ਤੋਂ ਬਾਅਦ ਸ਼ੇਰਨੀ ਵਿੱਚ ਉਹਨਾਂ ਦੇ ਕੰਮ ਨੂੰ ਬਹੁਤ ਸਰਾਇਆ ਗਿਆ। ਉਸ ਤੋਂ ਬਾਅਦ ਉਹਨਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਮੇਹਰ ਮਿੱਤਲ ਜੀ ਨੂੰ ਉਹਨਾਂ ਦੀ ਪਹਿਲੀ ਫਿਲਮ ਲਈ 5 ਰੁਪਏ ਮਿਲੇ ਸੀ। ਮੇਹਰ ਮਿੱਤਲ ਜੀ ਇੰਨੇ ਜ਼ਿਆਦਾ ਫੇਮਸ ਸੀ ਕਿ ਚੰਨ ਪਰਦੇਸੀ ਫਿਲਮ ਵਿੱਚ ਉਹਨਾਂ ਦਾ ਰੋਲ ਨਾ ਹੋਣ ਕਰਕੇ ਡਿਸਟ੍ਰੀਬਿਊਟਰਸ ਨੇ ਫਿਲਮ ਖਰੀਦਣ ਤੋਂ ਮਨਾ ਕਰ ਦਿੱਤਾ ਸੀ, ਤਾਂ ਦੁਬਾਰਾ ਮੇਹਰ ਮਿੱਤਲ ਜੀ ਦਾ ਰੋਲ ਲਿਖ ਕੇ ਦੁਬਾਰਾ ਸ਼ੂਟ ਕੀਤਾ ਗਿਆ ਤੇ ਇਹ ਫਿਲਮ ਸੁਪਰਹਿੱਟ ਸਾਬਿਤ ਹੋਈ। ਪੰਜਾਬੀ ਸੁਪਰਸਟਾਰ ਵਰਿੰਦਰ ਨਾਲ ਮੇਹਰ ਮਿੱਤਲ ਜੀ ਨੇ ਬਹੁਤ ਸਾਰੀਆਂ ਸੁਪਰਹਿੱਟ ਫਿਲਮਾਂ ਵਿੱਚ ਕੰਮ ਕੀਤਾ। ਉਹਨਾਂ ਨੇ ਬਹੁਤ ਸਾਰੀਆਂ ਪੰਜਾਬੀ ਤੇ ਹਿੰਦੀ ਫਿਲਮਾਂ ਵਿੱਚ ਵੀ ਕੰਮ ਕੀਤਾ, ਜਿਵੇਂ ਕਿ ਤੇਰੀ ਮੇਰੀ ਇੱਕ ਜਿੰਦੜੀ, ਸੰਤੋਖ ਬੰਤੋ, ਲੰਬੜਦਾਰਨੀ, ਚੰਨ ਪਰਦੇਸੀ, ਬਲਬੀਰੋ ਭਾਬੀ, ਪੁੱਤ ਜੱਟਾਂ ਦੇ, ਯਾਰੀ ਜੱਟ ਦੀ, ਜੱਟ ਤੇ ਜ਼ਮੀਨ, ਨਸੀਬੋ, ਪ੍ਰਤੀਗਿਆ, ਸੋਹਣੀ ਮਹੀਵਾਲ। ਫਿਲਮ ਫਲੈਤੀ ਬਾਬੂ ਵਿੱਚ ਉਹਨਾਂ ਨੇ ਅਮਿਤਾਭ ਬੱਚਨ ਤੇ ਰੀਨਾ ਰੋਏ ਵਰਗੇ ਵੱਡੇ ਕਲਾਕਾਰਾਂ ਨਾਲ ਕੰਮ ਕੀਤਾ। ਮੇਹਰ ਮਿੱਤਲ ਜੀ ਨੂੰ ਭਾਰਤ ਸਰਕਾਰ ਵੱਲੋਂ ਦਾਦਾ ਸਾਹਿਬ ਫਾਲਕੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। 22 ਅਕਤੂਬਰ 2016 ਨੂੰ ਮਾਊਂਟ ਆਬੂ ਰਾਜਸਥਾਨ ਵਿੱਚ ਹਾਸਿਆਂ ਦਾ ਇਹ ਮਹਾਨ ਅਭਿਨੇਤਾ ਸਾਨੂੰ ਛੱਡ ਕੇ ਚਲਾ ਗਿਆ। ਤੁਸੀਂ ਮੇਹਰ ਮਿੱਤਲ ਜੀ ਨੂੰ ਕਿੰਨਾ ਪਸੰਦ ਕਰਦੇ ਸੀ ਸਾਨੂੰ ਕਮੈਂਟ ਕਰਕੇ ਦੱਸੋ ਤੇ ਨਾਲ ਹੀ ਨਾਲ ਸਾਡੇ ਚੈਨਲ ਪੋਲੀ ਤੜਕਾ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਧੰਨਵਾਦ।